ਸਵਾਗਤ ਹੈ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਮਿੱਤਜਿੰਦਲ ਪੰਜਾਬੀ ਕੁਆਲੀਫਾਈਇੰਗ ਨੇਚਰ ਐਗਜ਼ਾਮ ਪੰਜਾਬੀ ਐਲੀਜੀਬਿਲਟੀ ਟੈਸਟ ਦੀ ਤਿਆਰੀ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਲੈਕਚਰ ਨੰਬਰ 25 ਹੈ ਜੀ ਜਿਹਦੇ ਵਿੱਚ ਆਪਾਂ ਅੱਜ ਕਹਾਣੀਕਾਰ ਕਹਾਣੀਕਾਰ ਭਾਗ ਹੈ ਜੋ ਸ਼ੁਰੂ ਕੀਤਾ ਗਿਆ ਹੈ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਜੀਵਨ ਰਚਨਾਵਾਂ ਪ੍ਰਾਪਤ ਸਨਮਾਨਾਂ ਅਤੇ ਪੜ੍ਹਾਈ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਚਰਚਾ ਕਰਾਂਗੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਵੱਧ ਤੋਂ ਵੱਧ ਜਾਣਕਾਰੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਕੋਸ਼ਿਸ਼ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਲੈਕਚਰ ਲੈਕਚਰ ਨੰਬਰ 25 ਹੈ ਜੀ ਜੇਕਰ ਤੁਸੀਂ ਅੱਜ ਹੀ ਚੈਨਲ ਦੇ ਨਾਲ ਜੁੜੇ ਹੋ ਤਾਂ ਪੁਰਾਣੇ ਜੋ ਲੈਕਚਰ ਨੇ ਤੁਸੀਂ ਉਹ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਜੀ ਨਾਲ ਦੀ ਨਾਲ ਹੈ ਜੋ ਮੌਕ ਟੈਸਟ ਨੇ ਉਹ ਸ਼ੁਰੂ ਕੀਤੇ ਹੋਏ ਨੇ ਪਾਰਟਸ ਦੇ ਅਕੋਰਡਿੰਗ ਆ ਜੋ ਮੌਕ ਟੈਸਟ ਕਰਵਾਏ ਜਾ ਰਹੇ ਨੇ ਮੌਕ ਟੈਸਟ ਵੀ ਜ਼ਰੂਰ ਦੇਖੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕੁਲਵੰਤ ਸਿੰਘ ਵਿਰਕ ਕਹਾਣੀਕਾਰ ਇਹਨਾਂ ਦਾ ਜਨਮ ਹੋਇਆ ਸੀ ਜੀ 21 ਮਾਰਚ 1921 ਦੇ ਵਿੱਚ ਪਿੰਡ ਫੁੱਲਰਵਾਨ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਦੇ ਵਿੱਚ ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਸ੍ਰੀ ਆਸਾ ਸਿੰਘ ਤੇ ਮਾਤਾ ਦਾ ਨਾਮ ਹੈ ਜੀ ਸ਼੍ਰੀਮਤੀ ਇਸਰ ਕੌਰ ਉਸ ਤੋਂ ਬਾਅਦ ਹੈ ਜੀ ਆਪਨੇ ਐਫਸੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਹੈ ਕਾਲਸਾ ਕਾਲਜ ਅੰਮ੍ਰਿਤਸਰ ਤੋਂ ਆਪਨੇ ਐਮਏ ਕੀਤੀ ਲਾਹੌਰ ਲਾਅ ਕਾਲਜ ਤੋਂ ਆਪਨੇ ਵਕਾਲਤ ਪਾਸ ਕੀਤੀ ਤੇ ਉਸ ਤੋਂ ਬਾਅਦ ਆਪ ਫੌਜ ਦੇ ਵਿੱਚ ਨੌਕਰੀ ਕੀਤੀ ਲੈਫਟੀਨੈਂਟ ਦੇ ਅਹੁਦੇ ਦੇ ਉੱਪਰ ਆਪਨੇ ਰਹੇ ਸੀ ਫੌਜ ਦੇ ਵਿੱਚ ਉਸ ਤੋਂ ਬਾਅਦ ਆਪ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਹੋ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਵਿੱਚ ਵੀ ਆਪਨੇ ਕੰਮ ਕੀਤਾ ਆਪ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹਾ ਜਾਂਦਾ ਹੈ ਅਜੀਤ ਕੌਰ ਨੇ ਆਪ ਨੂੰ ਪੰਜਾਬੀ ਕਹਾਣੀਆਂ ਦਾ ਬਾਦਸ਼ਾਹ ਕਿਹਾ ਪੰਜਾਬੀ ਕਹਾਣੀਆਂ ਦਾ ਬਾਦਸ਼ਾਹ ਅਜੀਤ ਕੌਰ ਨੇ ਆਪ ਨੂੰ ਕਿਹਾ ਤੇ ਆਪ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਰਕੇ ਜਾਣਿਆ ਜਾਂਦਾ ਹੈ ਹੁਣ ਦੇਖਦੇ ਹਾਂ ਜੀ ਇਹਨਾਂ ਦੇ ਕਿਹੜੇ ਕਹਾਣੀ ਸੰਗ੍ਰਹਿ ਨੇ ਜੋ ਉਹਨੇ ਜੀ ਸ਼ਾ ਵਿਲਾ 1950 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਸ ਵਿੱਚ 17 ਕਹਾਣੀਆਂ ਦਰਜ ਨੇ ਧਰਤੀ ਤੇ ਆਕਾਸ਼ ਕਹਾਣੀ ਸੰਗ੍ਰਹਿ 1951 ਦੇ ਵਿੱਚ 13 ਕਹਾਣੀਆਂ ਦਰਜਨੇ ਦੇ ਵਿੱਚ ਤੂੜੀ ਦੀ ਪੰਡ ਕਹਾਣੀ ਸੰਗ੍ਰਹਿ 1954 ਦੇ ਵਿੱਚ ਪ੍ਰਕਾਸ਼ਿਤ ਹੋਇਆ ਏਕਸ ਕੇ ਹਮ ਬਾਰੀ 1955 ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਹਦੇ ਵਿੱਚ 17 ਕਹਾਣੀਆਂ ਦਰਜ ਨੇ ਦੁੱਧ ਦਾ ਛੱਪੜ 1957 ਦੇ ਵਿੱਚ 13 ਕਹਾਣੀਆਂ ਗੋਲਾ 1961 ਦੇ ਵਿੱਚ 15 ਕਹਾਣੀਆਂ ਨਵੇਂ ਲੋਕ 1967 ਦੇ ਵਿੱਚ 21 ਕਹਾਣੀਆਂ ਅਸਤਵਾਜੀ 1984 ਦੇ ਵਿੱਚ ਪ੍ਰਕਾਸ਼ਿਤ ਹੋਇਆ ਦੁਵਾਦਸ਼ੀ ਆਪ ਦੀਆਂ ਕਹਾਣੀਆਂ ਦਾ ਚੋਣਵਾ ਸੰਗ੍ਰਹਿ ਹੈ ਚੋਣਵਾ ਕਹਾਣੀ ਸੰਗ੍ਰਹਿ ਹੈ 1958 ਵਿਰਕ ਦੀਆਂ ਕਹਾਣੀਆਂ 1966 ਇਹ ਵੀ ਕਹਾਣੀ ਸੰਗ੍ਰਹਿ ਹੈ ਚੋਣਵਾ ਮੇਰੀਆਂ ਸਾਰੀਆਂ ਕਹਾਣੀਆਂ 1986 ਈਸਵੀ ਦੇ ਵਿੱਚ ਇਹ ਰਚਨਾਵਾਂ ਨੇ ਜੋ ਉਹ ਪ੍ਰਕਾਸ਼ਿਤ ਹੋਈਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਇਨਾਮ ਸਨਮਾਨ ਦੇ ਬਾਰੇ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਲਈ ਆਪ ਨੂੰ 1968 ਇਸਵੀ ਦੇ ਵਿੱਚ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਇੱਕ ਕਹਾਣੀ ਸੰਗ੍ਰਹਿ ਹੈ ਜੋ 1967 ਇਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ 1968 ਇਸਵੀ ਦੇ ਵਿੱਚ ਇਸ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਸਨਮਾਨ ਪ੍ਰਾਪਤ ਹੋਇਆ ਪਿਆਰੇ ਵਿਦਿਆਰਥੀਓ ਜੋ ਮੇਨ ਸਨਮਾਨ ਨੇ ਭਾਰਤੀ ਸਾਹਿਤ ਅਕਾਦਮੀ ਸਨਮਾਨ ਕਦੋਂ ਮਿਲਿਆ ਕਿਹੜੀ ਰਚਨਾ ਨੂੰ ਮਿਲਿਆ ਤੇ ਉਸ ਦੀ ਸਾਹਿਤਿਕ ਵਿਦਾ ਕੀ ਹੈ ਇੰਨਾ ਪ੍ਰਸ਼ਨਾਂ ਦੇ ਵੱਲ ਜ਼ਰੂਰ ਗੌਰ ਕਰਿਆ ਕਰੋ ਉਸ ਤੋਂ ਬਾਅਦ ਹੈ ਜੀ ਆਪ ਪੰਜਾਬ ਦੇ ਮੁੱਖ ਮੰਤਰੀ ਦੇ ਕੁਝ ਸਮਾਂ ਪ੍ਰੈਸ ਸਕੱਤਰ ਵੀ ਰਹੇ ਆਪ ਪੰਜਾਬ ਦੇ ਸਰਕਾਰੀ ਰਸਾਲੇ ਸੀ ਜੋ ਐਡਵਾਂਸ ਅਤੇ ਜਾਗ੍ਰਿਤੀ ਦੇ ਕੁਝ ਸਮਾਂ ਸੰਪਾਦਕ ਵੀ ਰਹੇ ਉਸ ਤੋਂ ਬਾਅਦ ਹੈ ਜੀ ਪਹਿਲਾ ਅੱਗੇ ਕਹਾਣੀ ਸੰਗ੍ਰਹਿਾਂ ਦੇ ਬਾਰੇ ਗੱਲ ਕਰਦੇ ਹਾਂ ਛਾ ਵਿਲਾ ਕਹਾਣੀ ਸੰਗ੍ਰਹਿਾਂ ਜਿਦੇ ਵਿੱਚ 17 ਕਹਾਣੀਆਂ ਦਰਜ ਨੇ ਕਿਹੜੀਆਂ-ਕਿਹੜੀਆਂ ਕਹਾਣੀਆਂ ਦਰਜ ਨੇ ਇੱਕ ਸਰਸਰੀ ਝਾਤ ਹੈ ਜੋ ਉਹਨਾਂ ਦੇ ਵੱਲ ਕਰਦੇ ਆ ਇਹਦੇ ਵਿੱਚ ਆndੀਆਂ ਨੇ ਜੀ ਊਜਾੜ ਸੁੰਦਰ ਭੁੱਖ ਟੱਕਰ ਚੌਂਬੜ ਪਾਸ਼ੋ ਛਾ ਵੇਲਾ ਪਰਨਾਰੀ ਚਾਰ ਚਿੱਠੀਆਂ ਬੰਦ ਤਾਕੀਆਂ ਮੁਕ्तसर ਚਾਚਾ ਗਜਰੇ ਮਾਸਟਰ ਪੋਲਾ RAM ਲੱਖਾਂ ਕਰੋੜਾਂ ਰੁਪਇਆ ਕਿਸੇ ਹੋਰ ਨੂੰ ਵੀ ਮੋਹਲੀ ਜਿੱਡੇ ਡੋਲੇ ਇਹਨੇ ਜੀ ਛਾਵਿਲਾ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਕਹਾਣੀਆਂ ਅੱਗੇ ਨੇ ਜੀ ਧਰਤੀ ਤੇ ਆਕਾਸ਼ ਇਕਲਵੰਤ ਸਿੰਘ ਵਿਰਕ ਦੀ ਰਚਨਾ ਹੈ ਜਿਹਦੇ ਵਿੱਚ ਨੇ ਜੀ ਧਰਤੀ ਤੇ ਆਕਾਸ਼ ਦੇ ਵਿੱਚ ਕੁੱਲ ਕਹਾਣੀਆਂ ਨੇ ਜੋ ਉਹ 13 ਕਹਾਣੀਆਂ ਨੇ ਖੱਬਲ ਮਾਂ ਬਗਾਵਤ ਹੱਸਦਾ ਬੁੱਤ ਤੂੰ ਹੀ ਦੱਸ ਕੁੱਤਾ ਤੇ ਹੱਡੀ ਉਲਾਮਾ ਧਰਤੀ ਤੇ ਆਕਾਸ਼ ਮੁਰਦੇ ਦੀ ਤਾਕਤ ਉਪਰੀ ਧਰਤੀ ਰਣਵੀਰ ਕੌਰ ਨਿੱਕੀ ਕਹਾਣੀ ਬਾਰੇ ਤੇ ਨਵੀਂ ਦੁਨੀਆ ਖੱਬਲ ਕਹਾਣੀਆਂ ਜੀ ਬਹੁਤ ਹੀ ਮਹੱਤਵਪੂਰਨ ਕਹਾਣੀਆਂ ਧਿਆਨ ਰੱਖਣਾ ਜੀ ਧਰਤੀ ਤੇ ਆਕਾਸ਼ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ ਉਸ ਤੋਂ ਬਾਅਦ ਹੈ ਜੀ ਦੁੱਧ ਦਾ ਛੱਪੜ ਕਹਾਣੀ ਸੰਗ੍ਰਹਿ ਇਹਦੇ ਵਿੱਚ ਹੈ ਜੀ ਸ਼ੇਰਨੀਆਂ ਕਹਾਣੀਆਂ ਦੁੱਧ ਦਾ ਛੱਪੜ ਸ਼ਿੰਗਾਰ ਇੱਕ ਫੇਰੀ ਊਠ ਮੇਮ ਦੀ ਕਹਾਣੀ ਦੇ ਲੰਮੀ ਨਦਰ ਨਿਹਾਲੀ ਐ ਧਰਤੀ ਹੇਠਲਾ ਬੌਲਦ ਰੱਜਣਾ ਕੋਈ ਜੀਵੇ ਆ ਪ੍ਰੋਫੈਸਰ ਸਾਹਿਬ ਦੁੱਧ ਵਿੱਚ ਕਾਂਜੀ ਪਟਿਆਲੇ ਦੀ ਸਵਾਰੀ ਤੇ ਬਾਬੂ ਰਾਮ ਸਰੂਪ ਇਹਨੇ ਜੀ ਕਹਾਣੀ ਸੰਗ੍ਰਹਿ ਦੁੱਧ ਦੇ ਛੱਪੜ ਦੇ ਵਿੱਚ ਦਰਜ ਕਹਾਣੀਆਂ ਅੱਗੇ ਹੈ ਜੀ ਕਹਾਣੀ ਸੰਗ੍ਰਹਿ ਇੱਕ ਸਕੇ ਹਮ ਬਾਰਿਕ ਜੋ ਕਿ 1955 ਦੇ ਵਿੱਚ ਪ੍ਰਕਾਸ਼ਿਤ ਹੋਇਆ ਜਿਦੇ ਵਿੱਚ 17 ਕਹਾਣੀਆਂ ਦਰਜ ਨੇ ਮੇਰੀ ਨਜ਼ਰ ਵਿੱਚ ਤੂੜੀ ਦੀ ਪੰਡ ਦੋ ਅੰਨੇ ਦਾ ਕਾ ਇਹ ਦੋਵੇਂ ਇੰਪੋਰਟੈਂਟ ਕਹਾਣੀਆਂ ਨੇ ਜੀ ਮਿੰਨੀ ਦੀ ਸਲੇਟ ਕੁੜੀ ਦਾ ਦਾਜ ਬਲਗ ਪਤੀ ਦੋ ਝਾਕੀਆਂ ਮਹਿਰਗੁਲ ਉਸ ਕਰਕੇ ਬਹੁਤ ਨੇੜੇ ਬਹੁਤ ਦੂਰ ਇੱਕ ਸਕੇ ਹਮ ਬਾਰਿਕ ਮੈਨੂੰ ਜਾਨਣਾ ਬੈਰੀਸਟਰ ਸਾਹਿਬ ਪਉਣਾ ਆਦਮੀ ਤੇ ਵਿੰਕੀ ਇਹਨਾਂ ਜੀ ਇੱਕਸ ਕੇ ਹਮ ਬਾਰਿਕ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਕਹਾਣੀਆਂ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਬਾਰੇ ਨਵੇਂ ਲੋਕ ਕਹਾਣੀ ਸੰਗ੍ਰਹਿ ਕੁਲਵੰਤ ਸਿੰਘ ਵਿਰਕ ਦੀ ਰਚਨਾ ਜੋ ਕਿ 1967 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ ਤੇ ਇਹਦੇ ਵਿੱਚ ਜੇਕਰ ਦਰਜ ਕਹਾਣੀਆਂ ਦੀ ਗੱਲ ਕਰੀਏ ਤਾਂ 21 ਕਹਾਣੀਆਂ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਜਿਦੇ ਵਿੱਚ ਨੇ ਜੀ ਰਸਪਰੀਆਂ ਸਾਂਝ ਸਾਂਝ ਕਹਾਣੀਆਂ ਜੋ 12ਵੀਂ ਜਮਾਤ ਦੀ ਪਾਠ ਪੁਸਤਕ ਦੇ ਵਿੱਚ ਦਰਜ ਹੈ ਕਸ਼ਟ ਨਿਵਾਰਨ ਸਾਬਨ ਨਵੇਂ ਲੋਕ ਮੇਜਰ ਪਲਟਾ ਅਲੀ ਬਾਬਾ ਤੇ ਕਾਸਿਮ ਮੁੱਢੋਂ ਸੁਢੋਂ ਇਹ ਦੁੱਧ ਤੇਰਾ ਠੰਡ ਸੋ ਭਾਈ ਸੋ ਮੇਰਾ ਵੀਰ ਦਿੱਲੀ ਦੀ ਕੁੜੀ ਕੋਡੀ ਬਦਲੇ ਜਾਏ ਨਮਸਕਾਰ ਤਿੰਨ ਰੰਗ ਮੈਂ ਹੁਣ ਖੁਸ਼ ਹਾਂ ਧੁੱਪ ਛਾਂ ਪਰਛਾਵਾਂ ਪਾਰਸ ਤੇ ਕੁਦੇਸੀ ਇਹ ਕਹਾਣੀਆਂ ਨੇ ਜੀ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਕਹਾਣੀਆਂ ਨੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵੱਲੋਂ ਆਪ ਨੂੰ ਕਰਤਾਰ ਸਿੰਘ ਧਾਲੀਵਾਲ ਐਵਾਰਡ ਪ੍ਰਦਾਨ ਕੀਤਾ ਗਿਆ। ਭਾਸ਼ਾ ਵਿਭਾਗ ਪਟਿਆਲਾ ਦੇ ਵੱਲੋਂ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਐਵਾਰਡ ਆਪ ਦੀ ਝੋਲੀ ਦੇ ਵਿੱਚ ਪਾਇਆ ਗਿਆ। ਉਸ ਤੋਂ ਬਾਅਦ ਕੁਝ ਕਹਾਣੀਆਂ ਨੇ ਜੋ ਟੈਲੀਵਿਜ਼ਨ ਤੇ ਨਾਟਕ ਦੇ ਰੂਪ ਵਿੱਚ ਪੇਸ਼ ਕੀਤੀਆਂ ਜਾ ਚੁੱਕੀਆਂ ਨੇ ਜਿਦੇ ਵਿੱਚ ਜੀ ਧਰਤੀ ਹੇਠਲਾ ਬਲਦ, ਦੁੱਧ ਦਾ ਛੱਪੜ ਤੇ ਖੱਬਲ ਕਹਾਣੀਆਂ। ਖੱਬਲ ਕਹਾਣੀਆਂ ਜੋ ਉਹ ਦੇਸ਼ਵੰਡ ਦੇ ਨਾਲ ਸੰਬੰਧਿਤ ਕਹਾਣੀਆਂ। ਧਰਤੀ ਤੇ ਆਕਾਸ਼ ਔਰਤ ਦੇ ਮਨੋਭਾਵਾਂ ਨੂੰ ਪੇਸ਼ ਕਰਦੀ ਕਹਾਣੀ ਹੈ ਪੌਣਾ ਆਦਮੀ ਕਹਾਣੀਆਂ ਜੋ ਸਮਾਜਿਕ ਆਰਥਿਕ ਪ੍ਰਬੰਧਾਂ ਦੇ ਨਾਲ ਸੰਬੰਧਤ ਕਹਾਣੀਆਂ ਜੀ ਇਹ ਪੌਣਾ ਆਦਮੀ ਉਸ ਤੋਂ ਬਾਅਦ ਹੈ ਜੀ 24 ਦਸੰਬਰ 1987 ਈਸਵੀ ਨੂੰ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਆਪ ਦਾ ਸਵਰਗਵਾਸ ਹੋਇਆ ਆਪ ਦਾ ਜੀਵਨ ਕਾਲ ਹੈ ਜੀ ਜਨਮ ਹੋਇਆ ਸੀ 1921 1987 ਦੇ ਵਿੱਚ ਸਵਰਗਵਾਸ ਹੋਏ 66 ਸਾਲ ਦੀ ਉਮਰ ਸੀ ਜੋ ਆਪਣੇ ਭੁੱਗੀ ਸੀ ਜਿਹਦੇ ਵਿੱਚ ਬਹੁਤ ਹੀ ਮਹਾਨ ਕਾਰਜ ਕੀਤੇ ਨੇ ਪੰਜਾਬੀ ਸਾਹਿਤ ਜਗਤ ਦੀ ਝੋਲੀ ਦੇ ਵਿੱਚ ਕਹਾਣੀ ਸੰਗ੍ਰਹਿ ਪਾਈ ਨੇ ਸ਼ਸਤਰਾਂ ਤੋਂ ਵਿਦਾਇਗੀ ਇਹ ਫੇਅਰਵੈਲ ਟੂ ਆਰਮਸ ਅਰਨੇਸਟ ਹੈਮਿੰਗਵੇ ਦੀ ਰਚਨਾ ਦਾ ਆਪਨੇ ਅਨੁਵਾਦ ਕੀਤਾ ਇਹ ਵੀ ਇੰਪੋਰਟੈਂਟ ਪ੍ਰਸ਼ਨ ਹੈ ਜੀ ਇਸ ਪ੍ਰਸ਼ਨ ਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਜੀ اے ਸੀ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਦੇ ਵਿੱਚ ਜਾਣਕਾਰੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਬਾਰੇ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਜਾਣਕਾਰੀ ਕਹਾਣੀਕਾਰ ਅਜੀਤ ਕੌਰ ਦੇ ਬਾਰੇ ਕਹਾਣੀਕਾਰਾ ਅਜੀਤ ਕੌਰ ਦੇ ਬਾਰੇ ਇਸ ਤੋਂ ਪਹਿਲਾਂ ਦੀ ਜੋ ਕਹਾਣੀਕਾਰਾਂ ਨਾਲ ਸੰਬੰਧਿਤ ਵੀਡੀਓ ਸੀਰੀਜ਼ ਹੈ ਉਹਦੇ ਵਿੱਚ ਆਪਾਂ ਨੇ ਕਹਾਣੀਕਾਰ ਪੜ੍ਹੇ ਨੇ ਪ੍ਰਿੰਸੀਪਲ ਸੁਜਾਨ ਸਿੰਘ ਵਰਿਆਮ ਸਿੰਘ ਸੰਧੂ ਤੇ ਕੁਲਵੰਤ ਕੁਲਵੰਤ ਸਿੰਘ ਵਿਰਕ ਦੇ ਬਾਰੇ ਆਪਾਂ ਨੇ ਇਸ ਵੀਡੀਓ ਦੇ ਵਿੱਚ ਪੜ੍ਹਿਆ ਠੀਕ ਹੈ ਜੀ ਇਸ ਵੀਡੀਓ ਦੇ ਵਿੱਚ ਜੋ ਆਪਾਂ ਨੇ ਕੁਲਵੰਤ ਸਿੰਘ ਵਿਰਕ ਬਾਰੇ ਪੜ੍ਹਿਆ ਉਹਦੇ ਵਿੱਚ ਆਉਂਦੇ ਨੇ ਜੀ ਉਹਨਾਂ ਦੇ ਨਿੱਜੀ ਜੀਵਨ ਦੇ ਬਾਰੇ ਪ੍ਰਾਪਤ ਵਿਦਿਆ ਦੇ ਬਾਰੇ ਠੀਕ ਹੈ ਜੀ ਕਿਹੜੇ ਕਿਹੜੇ ਕਹਾਣੀ ਸੰਗ੍ਰਹਿ ਨੇ ਉਹਨਾਂ ਦੇ ਵਿੱਚ ਕਿੰਨੀਆਂ-ਕਿੰਨੀਆਂ ਕਹਾਣੀਆਂ ਦਰਜ ਨੇ ਕੁਝ ਕਹਾਣੀ ਸੰਗ੍ਰਹਿਾਂ ਦੇ ਵਿੱਚ ਕਿਹੜੇ-ਕਿਹੜੀਆਂ ਕਹਾਣੀਆਂ ਦਰਜ ਨੇ ਉਹਦੇ ਬਾਰੇ ਵੀ ਤੁਹਾਨੂੰ ਦੱਸਿਆ ਐਡਵਾਂਸ ਅਤੇ ਜਾਗਰਤੀ ਸਰਕਾਰੀ ਅਖਰ ਰਸਾਲੇ ਨੇ ਇਹਨਾਂ ਦੇ ਆਪ ਸੰਪਾਦਕ ਵੀ ਰਹੇ ਨਵੇਂ ਲੋਕ ਕਹਾਣੀ ਸੰਗ੍ਰਹਿ ਦੇ ਲਈ 1968 ਈਸਵੀ ਦੇ ਵਿੱਚ ਆਪ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਮਿਲੇ ਹੈ ਉਸ ਤੋਂ ਇਲਾਵਾ ਜੀ ਕਰਤਾਰ ਸਿੰਘ ਧਾਲੀਵਾਲ ਐਵਾਰਡ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਐਵਾਰਡ ਵੀ ਆਪ ਦੀ ਝੋਲੀ ਦੇ ਵਿੱਚ ਨੇ ਉਸ ਤੋਂ ਬਾਅਦ ਹੈ ਜੀ 1987 ਦੇ ਵਿੱਚ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਆਪ ਦਾ ਸਵਰਗਵਾਸ ਹੋਇਆ 86 66 ਸਾਲ ਦੀ ਉਮਰ ਦੇ ਵਿੱਚ ਆਪ ਦਾ ਸਵਰਗਵਾਸ ਹੋਇਆ ਹੋਰ ਜਾਣਕਾਰੀ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਦੋਸਤਾਂ ਦੇ ਨਾਲ ਸ਼ੇਅਰ ਕਰੋ